ਜਾਸੂਸੀ ਦੇ ਕਥਿਤ ਦੋਸ਼ਾਂ ਹੇਠ ਪਾਕਿਸਤਾਨ ਵਿਚ ਮੌਤ ਦੀ ਸਜ਼ਾ ਪ੍ਰਾਪਤ ਭਾਰਤੀ ਸਮੁੰਦਰੀ ਫੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਆਪਣੀ ਮਾਂ ਅਵੰਤੀ ਅਤੇ ਪਤਨੀ ਚੇਤ ਕੁਲ ਨਾਲ ਮੁਲਾਕਾਤ ਦੌਰਾਨ ਨੀਲੇ ਰੰਗ ਦੇ ਕੋਟ ਵਿਚ ਨਜ਼ਰ ਆਏ। ਇਸ ਦੌਰਾਨ ਜਾਧਵ ਨੇ ਸੱਜੇ ਪਾਸੇ ਕੰਨ ਤੇ ਗੂੜੇ ਰੰਗ ਦਾ ਨਿਸ਼ਾਨ ਨਜ਼ਰ ਆ ਰਿਹਾ ਸੀ। ਉਨ੍ਹਾਂ ਦੇ ਸਿਰ ਅਤੇ ਗਲੇ ਤੇ ਵੀ ਕੁਝ ਨਿਸ਼ਾਨ ਨਜ਼ਰ ਆਏ, ਜਿਨ੍ਹਾਂ ਬਾਰੇ ਸ਼ੱਕ ਹੈ ਕਿ ਉਹ ਸੱਟ ਦੇ ਨਿਸ਼ਾਨ ਨੇ। ਉਨ੍ਹਾਂ ਦੇ ਚਿਹਰੇ ਤੇ ਇਕੋ ਜਿਹਾ ਭਾਵ ਸੀ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਜਾਧਵ ਮਾਨਸਿਕ ਤਸੀਹਾਂ ਅਤੇ ਜ਼ੁਲਮ ਦੇ ਦੌਰ ਕਾਰਨ ਇਸ ਹਾਲਤ ਵਿਚ ਪਹੁੰਚ ਚੁੱਕੇ ਨੇ ਕਿ ਉਨ੍ਹਾਂ ਲਈ ਸਭ ਭਾਵਨਾਵਾਂ ਖਤਮ ਹੋ ਚੁੱਕੀਆਂ ਨੇ। ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਕੌਂਸਲਰ ਐਕਸੈਸ ਦੇ ਨਾਂ ਤੇ ਪਾਕਿਸਤਾਨ ਨੇ ਧੋਖਾ ਦਿੱਤਾ ਹੈ। ਇਸ ਮੁਲਾਕਾਤ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਜਾਧਵ ਨੂੰ ਲੈ ਕੇ ਪਾਕਿਸਤਾਨ ਦੇ ਰੁਖ ਵਿਚ ਕੋਈ ਨਰਮੀ ਨਹੀਂ ਆਈ ਹੈ।